ਜੇਕਰ ਗੱਲ ਕਰੀਏ ਜਨਤਾ ਦੀ ਕਚਹਿਰੀ ਦੀ ਤਾਂ ਅੱਜ ਅਲਟ੍ਰਾਟੈਕ ਸੀਮਿੰਟ ਪ੍ਰੈਜੈਂਸ ਜਨਤਾ ਦੀ ਕਚਹਿਰੀ ਲੈ ਕੇ ਅਸੀਂ ਹਾਜ਼ਰ ਹਾਂ ਸਾਹਨੇਵਾਲ ਦੇ ਵਿੱਚ, ਜੋ ਕਿ ਪੈਂਦਾ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ। ਜੇਕਰ ਗੱਲ ਕੀਤੀ ਜਾਵੇ ਇਸ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਾਂ ਇਸ ਹਲਕੇ ਦੀ ਮਹੱਤਤਾ ਜਿਹੜੀ ਹੈ ਬਹੁਤ ਵੱਡੀ ਹੈ, ਕਿਉਂਕਿ ਸ਼ਹੀਦਾਂ ਦੀ ਧਰਤੀ ਹੈ ਔਰ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਿਹੜਾ ਹੈ ਅੱਜ ਮੁੱਦੇ ਲੈ ਕੇ ਅਸੀਂ ਹਾਜ਼ਰ ਹਾਂ। ਔਰ ਜੇਕਰ ਗੱਲ ਕਰੀਏ ਤਾਂ ਇਸੇ ਹਲਕੇ ਦੇ ਵਿੱਚ ਆਉਂਦਾ ਹੈ ਹਲਕਾ ਜਿਹੜਾ ਲੋਕ ਵਿਧਾਨ ਸਭਾ ਹਲਕਾ ਸਾਹਨੇਵਾਲ, ਤਾਂ ਅੱਜ ਉਸੇ ਸਾਹਨੇਵਾਲ ਹਲਕੇ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਉਸੇ ਹਲਕੇ ਦੇ ਵਿੱਚ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦੀਆਂ ਕਾਰਗੁਜ਼ਾਰੀਆਂ ਰਹੀਆਂ ਨੇ ਪੁਰਾਣੀਆਂ ਸਰਕਾਰਾਂ ਦੀਆਂ, ਜਾਂ ਫਿਰ ਜਿਹੜੀ ਹੁਣ ਆਉਂਦੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਕਾਰਗੁਜ਼ਾਰੀਆਂ ਰਹਿਣਗੀਆਂ। ਇਹਨਾਂ ਸਾਰਿਆਂ ਦੇ ਉੱਤੇ ਚਰਚਾ ਜਿਹੜੀ ਅੱਜ ਹੋਏਗੀ ਸਿੱਧੇ ਤੌਰ ਦੇ ਉੱਤੇ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਅਲਟ੍ਰਾਟੈਕ ਸੀਮਿੰਟ ਪ੍ਰੈਜੈਂਸ ਜਨਤਾ ਦੀ ਕਚਹਿਰੀ। ਸੋ ਉਸੇ ਜਨਤਾ ਦੀ ਕਚਹਿਰੀ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਕਾਂਗਰਸ ਪਾਰਟੀ ਵੀ ਮੌਜੂਦ ਹੈ, ਸਾਡੇ ਨਾਲ ਭਾਜਪਾ ਵੀ ਮੌਜੂਦ ਹੈ ਔਰ ਸਾਡੇ ਨਾਲ ਆਮ ਆਦਮੀ ਪਾਰਟੀ ਵੀ ਮੌਜੂਦ ਹੈ। ਸੋ ਇਹਨਾਂ ਪਾਰਟੀਆਂ ਦੇ ਬੁਲਾਰੇ ਜਿਹੜੇ ਆ ਸਾਡੇ ਨਾਲ ਆਏ ਹੋਏ ਨੇ, ਇਹਨਾਂ ਬੁਲਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਬਿਆਨਬਾਜ਼ੀਆਂ ਦੇ ਵਿੱਚ ਇਲਜ਼ਾਮ ਤਾਂ ਇੱਕ ਦੂਸਰੇ ਦੇ ਬਹੁਤ ਲੱਗਦੇ ਨੇ, ਸੋ ਉਹਨਾਂ ਇਲਜ਼ਾਮਾਂ ਦਾ ਅੱਜ ਖੰਡਨ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅਸੀਂ ਜਿਨ੍ਹਾਂ ਦੀ ਭਾਰਤ ਦੇ ਵਿੱਚ ਸੱਤਾ ਹੈਗੀ ਹੈ, ਸੱਤਾਧਾਰੀ ਧਿਰ ਦੇ ਨਾਲ ਸ਼ੁਰੂਆਤ ਕਰਾਂਗੇ, ਭਾਜਪਾ ਦੇ ਨਾਲ ਸ਼ੁਰੂਆਤ ਕਰਾਂਗੇ। ਸੋ ਭਾਜਪਾ ਦੇ ਨਾਲ ਪਹਿਲੀ ਗੱਲ, ਸਭ ਤੋਂ ਵੱਡਾ ਸਵਾਲ ਇਹੀ ਆਉਂਦਾ, ਕਹਿੰਦੇ ਕਿ ਡਿਵਲਪਮੈਂਟ ਦੀ ਗੱਲ ਦਾ ਅਕਸਰ ਜ਼ਿਕਰ ਕੀਤਾ ਜਾਂਦਾ, ਕਹਿੰਦੇ ਕਿ ਜੋ ਡਿਵਲਪਮੈਂਟ ਪਿਛਲੇ 10 ਸਾਲਾਂ 'ਚ ਹੋਈ ਹੈ ਉਹ ਕਿਸੇ ਸਮੇਂ ਨਹੀਂ ਹੋਈ, ਜੋ ਭਾਜਪਾ ਦਾ ਦਾਅਵਾ ਹੈਗਾ। ਪਰ ਉੱਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਾਉਂਦੀਆਂ ਨੇ, ਕਹਿੰਦੇ ਕਿ ਜੇਕਰ ਭਾਜਪਾ ਹੁਣ ਐਤਕੀ ਆ ਗਈ ਸੰਵਿਧਾਨ ਦੇ ਉੱਤੇ ਅਟੈਕ ਕਰੇਗੀ, ਕਹਿੰਦੇ ਕਿ ਡਿਵਲਪਮੈਂਟ ਦੀ ਰਾਜਨੀਤੀ ਛੱਡ ਦਿੱਤੀ ਹੋਈ ਹੈ, ਧਾਰਮਿਕ ਰਾਜਨੀਤੀ ਦੇ ਉੱਤੇ ਜ਼ਿਆਦਾ ਹੋ ਗਏ ਹੋਏ, ਮੰਗਲ ਸੂਤਰਾਂ ਦਾ ਡਰ ਤੱਕ ਦਿਖਾ ਦਿੱਤਾ। ਦੇਖੋ, ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਜਿੰਨੀ ਡਿਵੈਲਪਮੈਂਟ ਇਹਨਾਂ ਸਾਲਾਂ 'ਚ ਹੋਈ ਹੈ, ਦੇਸ਼ ਦੀ ਇਕਾਨਮੀ 5ਵੇਂ ਨੰਬਰ 'ਤੇ ਪਹੁੰਚ ਗਈ ਹੈ 11ਵੇਂ ਤੋਂ, ਇਹ ਸਾਰਿਆਂ ਦੇ ਸਾਹਮਣੇ ਆ, ਸਾਰੀ ਦੁਨੀਆ ਮਰ ਰਹੀ ਹੈ। ਜੋ ਦੇਸ਼ ਦਾ ਰੁਤਬਾ ਦੁਨੀਆ 'ਚ ਵਧਿਆ ਉਹ ਸਾਰੀ ਦੁਨੀਆ ਮਰ ਰਹੀ ਹੈ। ਜਿਨ੍ਹਾਂ ਨੇ ਮੈਂ ਨਾ ਮਨੂੰ ਕਹਿਣਾ ਉਹਨਾਂ ਦਾ ਕੋਈ ਇਲਾਜ ਨਹੀਂ ਹੈ। ਤੁਸੀਂ ਇਹ ਦੇਖੋ, ਪੰਜਾਬ ਸਾਰੀ ਦੁਨੀਆ ਸਾਰਾ ਦੇਸ਼ ਛੱਡ ਦਿਓ, ਪੰਜਾਬ ਲਈ ਜੋ ਕੁਛ ਮੋਦੀ ਸਰਕਾਰ ਨੇ ਕੀਤਾ ਹੈ ਉਹੀ ਇੰਨਾ ਕੁਛ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਜਿੰਨਾ ਕੁਛ ਕੀਤਾ। 2,55,000 ਕਰੋੜ ਰੁਪਈਆ ਪੰਜਾਬ ਨੂੰ 9 ਸਾਲਾਂ 'ਚ ਕੇਂਦਰ ਦੀ ਸਰਕਾਰ ਨੇ ਗ੍ਰਾਂਟ ਦਿੱਤੀ ਹੈ। ਅੱਜ ਤੱਕ ਕਦੇ 70 ਸਾਲਾਂ 'ਚ ਇੰਨੀ ਗ੍ਰਾਂਟ ਟੋਟਲ ਨਹੀਂ ਮਿਲੀ ਜਿੰਨੀ 9 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਹੈ। ਤੁਸੀਂ ਦੇਖੋ, ਪੰਜਾਬ ਅਤੇ ਸਿੱਖਾਂ ਦੇ ਲਈ ਜੋ ਕੁਛ ਨਰਿੰਦਰ ਮੋਦੀ ਨੇ ਕੀਤਾ, ਕਰਤਾਰਪੁਰ ਦਾ ਕਾਰੀਡੋਰ ਜਿਹਦੇ ਲਈ ਪੰਜਾਬ ਦਾ ਕੀ ਦੁਨੀਆ ਦਾ ਹਰ ਸਿੱਖ ਸਵੇਰੇ ਉੱਠ ਕੇ ਅਰਦਾਸ ਕਰਦਾ ਕਿ ਸਾਨੂੰ ਵਿਛੜੇ ਗੁਰਧਾਮਾਂ ਨਾਲ ਦਰਸ਼ਨ ਕਰਨ ਦਾ ਦਾਨ ਬਖਸ਼ੋ, ਉਹ ਚੀਜ਼ ਨੂੰ, ਉਹ ਅਰਦਾਸ ਦਾ ਇੱਕ ਹਿੱਸਾ ਨਰਿੰਦਰ ਮੋਦੀ ਨੇ ਪੂਰਾ ਕਰਨ 'ਚ ਆਪਣਾ ਯੋਗਦਾਨ ਪਾਇਆ, ਕਿਉਂ ਨਾ ਉਸ ਬੰਦੇ ਦਾ ਅਸੀਂ ਐਪਰੀਸ਼ੀਏਟ ਕੀਤਾ ਜਾਏ। ਇਸ ਤੋਂ ਪਹਿਲਾਂ ਸਰਕਾਰ ਕਾਂਗਰਸ ਦੀ ਸੀਗੀ, ਇਹਨਾਂ ਤੋਂ ਜਵਾਬ ਲੈ ਲੈਣੇ, ਕਹਿੰਦੇ ਹਾਂਜੀ ਇਹਨਾਂ ਨੇ ਦੱਸ ਦਿੱਤੇ, ਕਹਿੰਦੇ ਅਸੀਂ ਤਾਂ ਸਿੱਖਾਂ ਲਈ ਵੀ ਬਹੁਤ ਕੁਛ ਕੀਤਾ, ਕਹਿੰਦੇ ਅਸੀਂ ਪੰਜਾਬ ਲਈ ਵੀ ਬਹੁਤ ਕੁਛ ਕਰ ਦਿੱਤਾ। ਕਿੰਨਾ ਕੁ ਸਹਿਮਤ ਇਹਨਾਂ ਦੀ ਗੱਲ ਦੇ ਨਾਲ? ਜਿਹੜਾ ਇਹਨੇ ਕੋਰੀਡੋਰ ਦੀ ਗੱਲ ਕੀਤੀ ਆ ਕਰਤਾਰਪੁਰ ਸਾਹਿਬ ਦੀ, ਉਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਰੋਲ ਆ ਉਹਦੇ ਵਿੱਚ, ਉਹ ਤਾਂ ਖੋਲਿਆ ਗਿਆ ਵਾ, ਇਹ ਆਪਦੇ ਸਿਰ ਸਿਹਰਾ ਸਜਾਉਂਦੇ ਨੇਗੇ ਉਹ, ਪਰ ਜਿਹੜਾ ਉਹਦਾ ਸਾਰਾ ਉਹਦਾ ਕਰਤਾ ਧਰਤਾ ਵਾ ਉਹ ਕਾਂਗਰਸ ਪਾਰਟੀ ਨੇ ਕਰਿਆ ਸਾਰਾ। ਦੇਖੋ, 10 ਸਾਲ ਮੋਦੀ ਸਾਹਿਬ ਨੂੰ ਸੱਤਾ ਸਿਆਸਤ ਭੋਗਦੇ ਹੋ ਗਏ ਆ, ਅੱਜ ਵੀ ਜਦੋਂ ਕੰਮ ਗਿਣਾਉਣ ਦੀ ਵਾਰੀ ਆਈ ਆ, ਕੰਮ ਨਹੀਂ ਗਿਣਾਏ ਗਏ, ਸਿਰਫ ਹਿੰਦੂ ਮੁਸਲਮਾਨ, ਮੰਦਰ ਮਸਜਿਦ, ਇੰਡੀਆ ਪਾਕਿਸਤਾਨ, ਮੰਗਲ ਸੂਤਰ, ਮਟਨ, ਬੀਫ, ਇਹਨਾਂ ਚੀਜ਼ਾਂ ਦੇ ਉੱਤੇ ਲੋਕਾਂ ਦੇ ਵਿੱਚ ਡਰ ਪੈਦਾ ਕਰਕੇ ਭਾਰਤ ਦੇ ਲੋਕਾਂ ਦੇ ਵਿੱਚ ਵੋਟਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਉਂਕਿ ਜੇ 10 ਸਾਲਾਂ ਦੇ ਵਿੱਚ ਕੰਮ ਗਣਵਾਏ ਹੁੰਦੇ, 10 ਸਾਲਾਂ ਦੇ ਕੰਮ ਗਣਵਾਏ ਹੁੰਦੇ ਮੋਦੀ ਸਾਹਿਬ ਨੇ, ਕਿਉਂਕਿ ਕੀਤਾ ਹੀ ਕੋਈ ਨੀਗਾ ਕੰਮ। 2.5 ਕਰੋੜ ਰੁਜ਼ਗਾਰ ਦੀ ਗੱਲ ਕੀਤੀ, 15 ਲੱਖ ਖਾਤਿਆਂ ਦੇ ਵਿੱਚ ਕਾਲੇ ਧਨ ਦੀ ਵਾਪਸੀ ਦੀ ਗੱਲ ਕੀਤੀ, ਫਿਰ ਇਹਨਾਂ ਦਾ ਸਭ ਤੋਂ ਵੱਡਾ ਫੇਲੀਅਰ ਜਿਹੜਾ ਨੋਟਬੰਦੀ ਕੀਤੀ, ਫਿਰ GST ਦਾ ਸਭ ਤੋਂ ਵੱਡਾ, ਸਾਰਾ ਵਪਾਰੀ ਵਰਗ ਅੱਜ ਰੋ ਰਿਹਾ, ਸਾਰਾ ਭਾਰਤ ਤਰਾ ਤਰਾ, ਇਹਨਾਂ ਨੇ ਕਿਹਾ ਵੀ 5ਵੇਂ ਨੰਬਰ ਦੀ ਇਕਾਨਮੀ ਹੋ ਗਈ ਵਰਲਡ ਦੀ।
ਪਰ ਇੱਕ ਪਾਸੇ ਇਹ ਵੀ ਦਾਅਵਾ ਕਰਦੇ ਆ ਕਿ 80 ਕਰੋੜ ਭਾਰਤੀਆਂ ਨੂੰ ਮੋਦੀ ਸਰਕਾਰ ਰਾਸ਼ਨ ਦੇ ਰਹੀ ਆ। ਫਿਰ ਇਹਦਾ ਮਤਲਬ 80 ਕਰੋੜ ਲੋਕ ਤਾਂ ਫਿਰ ਗਰੀਬੀ ਦੇ ਦਾਇਰਾ ਰੇਖੇ ਦੇ ਥੱਲੇ ਆ ਗਏ ਨਾ। 80 ਕਰੋੜ ਲੋਕ ਇਹਦਾ ਜਵਾਬ ਇਹਨਾਂ ਕੋਲ ਲੈਣੇ ਆ। ਪਹਿਲੇ ਇੱਧਰ ਆ ਜਾਈਏ ਕਿਉਂਕਿ ਇਹਨਾਂ ਨੇ ਗੱਲ ਕੀਤੀ, ਕਹਿੰਦੇ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਪੰਜਾਬ ਦਾ ਬਹੁਤ ਕੁਝ ਸੋਚਿਆ ਭਾਜਪਾ ਨੇ, ਤੁਸੀਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈਗੇ ਹੋ, ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈਗੀ ਹੈ, ਕੀ ਸੋਚਦੇ ਹੋ, ਕੀ ਕੁਝ ਸੋਚਿਆ ਭਾਜਪਾ ਨੇ? ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਦੀ ਧਰਤੀ ਤੇ ਹਲਕਾ ਸਾਹਨੇਵਾਲ ਦੇ ਵਿੱਚ ਲਿਵਿੰਗ ਇੰਡੀਆ ਦਾ ਸਵਾਗਤ ਹੈ ਸਰ ਨੂੰ। ਪਹਿਲੀ ਗੱਲ, ਮੈਂਬਰ ਪਾਰਲੀਮੈਂਟ ਦਾ ਚੁਣੇ ਜਾਣਾ, ਇੱਕ ਮੈਂਬਰ ਪਾਰਲੀਮੈਂਟ ਦੀ ਜ਼ਿੰਮੇਵਾਰੀ ਪੰਜਾਬ ਦੀ ਵਿਧਾਨ ਸਭਾ ਤੋਂ ਵੱਡੀ ਹੁੰਦੀ ਹੈ। ਸਾਡੇ ਦੇਸ਼ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਨੂੰ ਬਣਾਉਣ ਦੇ ਵਿੱਚ ਉਹ ਸਹਾਈ ਹੁੰਦਾ। ਪੰਜਾਬ ਦੇ ਹੱਕਾਂ ਨੂੰ ਆਪਣੇ ਹੱਕਾਂ ਨੂੰ ਪਹਿਚਾਣਦਾ ਹੋਵੇ ਕਿ ਕਿਸ ਤਰ੍ਹਾਂ ਮੈਂ ਆਪਣੇ ਹੱਕਾਂ ਦੀ ਮੰਗ ਰੱਖਣੀ ਹੈ। ਸੋ ਅਜਿਹੇ ਵਿਅਕਤੀ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਪਹਿਲਾਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ, ਉਹਨਾਂ ਦੇ ਕਾਰਜਕਾਲ ਬਾਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਨੰਬਰ ਇੱਕ। ਨੰਬਰ ਦੋ, ਗੱਲ ਚੱਲ ਰਹੀ ਸੀ ਇੱਥੇ ਕਿ ਅਸੀਂ 5ਵੀਂ ਅਰਥ ਵਿਵਸਥਾ ਦੇਸ਼ ਨੂੰ ਬਣਾ ਦਿੱਤਾ ਹੈ। ਇੱਕ ਐਗਜ਼ਾਮਪਲ ਦੇ ਤੌਰ 'ਤੇ ਸਾਡੇ ਦੇਸ਼ ਦੀ ਪ੍ਰਮੁੱਖ ਜਿਹੜੀ ਸਾਡੇ ਦੇਸ਼ ਦੀ ਰੱਖਿਆ ਕਰਦੀ ਹੈ ਬਾਰਡਰਾਂ 'ਤੇ ਸੈਨਾ ਹੈ, ਅਗਨੀਵੀਰ ਦੇ ਤੌਰ 'ਤੇ ਉਸ ਨੂੰ ਇੱਕ ਠੇਕਾ ਪ੍ਰਣਾਲੀ ਦੀ ਵਿਧੀ ਰਾਹੀਂ ਸੈੱਟ ਕਰ ਦਿੱਤਾ ਗਿਆ। ਜੇਕਰ ਸਾਡੇ ਦੇਸ਼ ਦੀ ਆਰਥਿਕਤਾ ਸਹੀ ਨਹੀਂ ਹੈ ਤਾਂ ਹੀ ਇਹੀ ਪਾਲਿਸੀ ਮੋਦੀ ਵੱਲੋਂ ਲਿਆਂਦੀ ਗਈ। ਜੇਕਰ ਆਰਥਿਕ ਤੌਰ 'ਤੇ ਦੇਸ਼ ਸਹੀ ਹੁੰਦਾ ਤਾਂ ਉਹਨਾਂ ਨੂੰ ਇਸ ਪਾਲਿਸੀ ਦੇ ਅਧੀਨ ਨਾ ਲਿਆਂਦਾ ਜਾਂਦਾ। ਨੰਬਰ 2 ਦੇ ਉੱਤੇ ਬੀਜੇਪੀ ਨੇ ਅੱਜ ਤੱਕ, ਮੇਰੇ ਕੋਲ ਕਾਂਗਰਸ ਵਾਲਿਆਂ ਨੇ ਵੀ ਇਹੀ ਗੱਲਾਂ ਦੱਸੀਆਂ ਨੇ, ਮੈਂ ਉਹਨਾਂ 'ਚ ਜਾਣਾ ਨਹੀਂ ਲੰਬਾ। ਜੋ ਕੁਛ ਬੀਜੇਪੀ ਨੇ ਨਫ਼ਰਤ ਦਾ ਬੀਜ ਇਸ ਦੇਸ਼ ਦੇ ਵਿੱਚ ਬੀਜ ਦਿੱਤਾ ਹੈ, ਸਾਊਥ ਤੋਂ ਚੱਲ ਜਾਓ ਉੱਧਰ ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ ਅੱਜ ਪੰਜਾਬ 'ਚ ਆ ਕੇ ਜਿਸ ਤਰ੍ਹਾਂ ਕਿਸਾਨਾਂ ਨੂੰ, ਕਿਸਾਨਾਂ ਦੇ ਨਾਂ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹਨਾਂ ਦੇ ਕੈਂਡੀਡੇਟਾਂ ਵੱਲੋਂ, ਇਸ ਦਾ ਮਤਲਬ ਹੈ ਕਿ ਇੱਥੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹਿੰਦੂ ਸਿੱਖ ਏਕਤਾ ਦੇ ਵਿੱਚ ਪਾੜ ਹੈ ਜਿਹੜਾ ਉਹ ਪਾਇਆ ਜਾਏਗਾ। ਚਲੋ ਇਹਦਾ ਜਵਾਬ ਲੈਂਦੇ। ਹਾਂਜੀ, ਕੀ ਕਹਿੰਦੇ ਹੋ? ਕਹਿੰਦੇ ਹਿੰਦੂ ਸਿੱਖ ਏਕਤਾ 'ਚ ਪਾੜ ਹੋਊਗਾ? ਦੋਨੇ ਪਾਰਟੀਆਂ ਨਫ਼ਰਤ ਫੈਲਾਉਣ 'ਚ ਸਭ ਤੋਂ ਮੂਹਰੇ ਨੇ ਇਹਨਾਂ ਦਾ। ਪਹਿਲਾਂ ਮੈਂ ਕਾਂਗਰਸੀਆਂ ਦੇ ਬਿਆਨ ਦਾ ਜਵਾਬ ਦਿੰਦਾ। ਖਹਿਰੇ ਨੇ ਕਿਹਾ ਕਿ ਜਿਹੜੇ ਬਿਹਾਰੀ ਨੇ ਉਹਨਾਂ ਨੂੰ ਪੰਜਾਬ 'ਚ ਜ਼ਮੀਨਾਂ ਖਰੀਦਣ ਤੋਂ ਰੋਕਿਆ ਜਾਵੇ, ਜਦਕਿ ਇਹਨਾਂ ਦੀ ਸਰਕਾਰ ਹਿਮਾਚਲ 'ਚ ਹੈ, ਉੱਥੇ ਇਹਨਾਂ ਨੇ ਪੰਜਾਬੀਆਂ ਨੂੰ ਜ਼ਮੀਨਾਂ ਖਰੀਦਣ ਤੋਂ ਰੋਕਿਆ ਹੋਇਆ। ਇਹ ਨਫ਼ਰਤ ਆ ਫੈਲਾ ਰਹੇ ਨੇ, ਅਤੇ ਜਿਹੜੀ ਕਾਂਗਰਸ ਕਹਿ ਰਹੀ ਹੈ, ਇਹ ਜਿਹੜੇ ਆਮ ਆਦਮੀ ਪਾਰਟੀ ਕਹਿ ਰਹੇ ਨੇ, ਇਹ ਜਿਹੜੀ ਨਫ਼ਰਤ ਦੀ ਗੱਲ, ਇਹਨਾਂ ਦਾ ਮਨ ਤੂਲੇ ਦਾ ਪੁੱਛੋ, ਜਿਹਨੇ ਜਿਹਦੇ 'ਤੇ ਹੁਣ ਵੀ ਬੇਅਦਬੀ ਕਰਨ ਦਾ ਕੇਸ ਚੱਲ ਰਿਹਾ, ਉਹਨੂੰ ਇਹਨਾਂ ਕਿਉਂ ਨਹੀਂ ਪਾਰਟੀ 'ਚੋਂ ਕੱਢਿਆ? ਇਹ ਕਹਿੰਦੇ ਨਫ਼ਰਤ ਨਹੀਂ ਕੀਤੀ, ਮਨ ਤੁਲਾ ਦਾ ਜ਼ਿਕਰ ਕੀਤਾ, ਕਹਿੰਦੇ ਉਹਨਾਂ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢਿਆ ਗਿਆ? ਦੇਖੋ, ਕਹਿੰਦੇ ਛੱਜ ਤਾਂ ਬੋਲੇ, ਛਾਲਣੀ ਵੀ ਬੋਲੇ, ਰਮੇਸ਼ ਭਦੂੜੀ ਜੀ, ਦਿੱਲੀ ਦੇ ਵਿੱਚ ਕਿੰਨੇ ਮੈਂਬਰ ਪਾਰਲੀਮੈਂਟ ਔਰ ਲੋਕ ਸਭਾ 'ਚ ਸਿੱਧਾ ਸਿੱਧਮ ਸਿੱਧਾ ਉਹਨਾਂ ਨੂੰ। ਨੰਬਰ 2 ਤੇ ਕੀ ਸਾਡੇ, ਦੇਖੋ ਕੀ ਸਾਡੇ ਦੇਸ਼ ਦੀਆਂ ਪਹਿਲਵਾਨ ਖਿਡਾਰਨਾਂ ਦਾ ਜਿਹੜਾ ਸ਼ੋਸ਼ਣ ਹੋਇਆ ਇਹ ਉਹਦਾ ਜਵਾਬ ਦੇ ਪਾਉਣਗੇ? ਇਹਨਾਂ ਕੋਲ ਜਵਾਬ ਕੋਈ ਨਹੀਂ ਹੈ, ਕਿਉਂਕਿ ਉਹ ਸਾਰਾ ਕੁਝ ਦੇਸ਼ ਦੇ ਲੋਕਾਂ ਨੇ। ਕਾਂਗਰਸ ਦੇ ਜਵਾਬ ਦੇਣੇ, ਪਹਿਲਾਂ ਇੱਕ ਸਵਾਲ ਇਹ ਵੀ ਆਇਆ ਸੀ, ਕਹਿੰਦੇ ਕਿ ਜਿਹੜੇ ਮੌਕੇ ਦੇ ਮੌਜੂਦਾ MP ਹੈਗੇ ਨੇ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਕੋਈ ਕਾਰਜਕਾਲ ਰਿਹਾ ਨਹੀਂ, ਸਾਰੇ ਪੰਜਾਬ ਨੂੰ ਪਤਾ। ਦੂਜੇ ਪਾਸੇ ਕਹਿੰਦੇ ਕਿ ਨਫ਼ਰਤ ਦੀ ਰਾਜਨੀਤੀ ਵੀ ਫੈਲ ਰਹੀ ਹੈ ਕਾਂਗਰਸ ਵੱਲੋਂ। ਪਹਿਲਾਂ ਤਾਂ ਮੈਂ ਭਾਜਪਾ ਵਾਲਿਆਂ ਦਾ ਜਵਾਬ ਦੇ ਦਵਾਂ, ਜਿਹੜੀ ਇਹਨਾਂ ਨੇ ਗੱਲ ਕੀਤੀ ਆ ਵੀ ਖਹਿਰਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਖਹਿਰਾ ਸਾਹਿਬ ਨੇ ਕਿਸ ਸੰਦਰਭ ਦੇ ਵਿੱਚ ਬਿਆਨ ਦਿੱਤਾ ਵਾ ਉਹ ਇਹਨਾਂ ਨੂੰ ਸੋਚਣਾ ਚਾਹੀਦਾ। ਇਹਨਾਂ ਨੇ ਹਿਮਾਚਲ ਦੀ ਗੱਲ ਕੀਤੀ ਹੈ ਨਾ ਵੀ ਹਿਮਾਚਲ ਦੇ ਵਿੱਚ ਕਾਂਗਰਸ ਨੇ, ਇਹ ਜੇ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਹੈਗਾ ਮੈਂ ਦੱਸ ਦੇਣਾ ਚਾਹੁੰਦਾ, ਇਹ ਗੁਜਰਾਤ ਦੇ ਵਿੱਚ ਵੀ ਇਹ ਕਾਨੂੰਨ ਪਾਸ ਹੋਇਆ ਹੋਇਆ ਵਾ, ਇਹ ਮਹਾਰਾਸ਼ਟਰ 'ਚ ਵੀ ਪਾਸ ਹੋਇਆ ਹੋਇਆ ਵਾ। ਇਹ ਗੱਲਾਂ ਕਿਹੜੀਆਂ ਕਰਦੇ ਆ? ਜਦੋਂ ਇਹਨਾਂ ਦੇ ਮਤਲਬ ਗੁਣੀਆਂ 'ਚ ਕੰਮ ਨਹੀਂ ਆਉਂਦਾ ਨਾ, ਫਿਰ ਇਹ ਕੁਛ ਚੁਣਵੀਆਂ ਚੀਜ਼ਾਂ ਚੱਕ ਕੇ ਉਹਨਾਂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਪੰਜਾਬ ਦੇ ਲੋਕ ਤੇ ਦੇਸ਼ ਦੇ ਲੋਕ ਪੂਰੇ ਸਿਆਣੇ ਨੇ। MP ਸਾਹਿਬ ਦੀ ਕਾਰਗੁਜ਼ਾਰੀ ਬਾਰੇ ਗੱਲ ਹੋਈ ਹੈ, MP ਸਾਹਿਬ ਨੇ 500 ਕਰੋੜ ਰੁਪਏ ਦੇ ਵਿਕਾਸ ਕਾਰਜ ਜਿਹੜੇ ਫਤਿਹਗੜ੍ਹ ਸਾਹਿਬ ਹਲਕੇ ਦੇ ਲਈ ਲੈ ਕੇ ਆਉਂਦੇ ਆ, ਉਹਦੇ ਵਿੱਚ ਚਾਹੇ
ਫਤਿਹਗੜ੍ਹ ਸਾਹਿਬ ਦਾ ਸਟੇਸ਼ਨ ਹੋਵੇ, ਚਾਹੇ ਉਸ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਹੋਵੇ, ਚਾਹੇ ਗੋਬਿੰਦਗੜ੍ਹ ਦਾ ਫਲਾਈਓਵਰ ਹੋਵੇ, ਚਾਹੇ ਮੰਡੀ ਅਹਿਮਦਗੜ੍ਹ ਦਾ ਫਲਾਈਓਵਰ, 500 ਕਰੋੜ ਦੇ ਵਿਕਾਸ ਕਾਰਜ, ਨਾਲੇ ਡਾਕਟਰ ਅਮਰ ਸਿੰਘ ਨੂੰ ਤਾਂ ਪਤਾ ਵੀ ਕੰਮ ਕਿਵੇਂ ਕਰਾਉਣੇ ਆ, ਉਹ IAS ਰਿਟਾਇਰ ਹੈਗੇ ਆ, ਉਹ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਨੇ ਆਪਦੀ ਅਫਸਰਸ਼ਾਹੀ ਹੰਢਾਈ ਆ, ਸਾਰੀ ਨੌਕਰੀ ਉੱਥੇ ਹੰਢਾਈ ਆ, ਉਹਨਾਂ ਨੂੰ ਪਤਾ ਵੀ ਕੇਂਦਰ ਤੋਂ ਕਿਵੇਂ ਪੈਸਾ ਲੈ ਕੇ ਆਉਣਾ। ਕਹਿੰਦੇ ਕੇਂਦਰ ਦਾ ਪੈਸਾ ਉਹ ਲੈ ਕੇ ਆਏ ਨੇ, ਕੇਂਦਰ ਨੇ ਕੁਛ ਨਹੀਂ। ਗੱਲ ਇਹ ਹੈ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਵੀ ਅਮਰ ਸਿੰਘ ਨੂੰ ਪਤਾ ਕਿਵੇਂ ਕੰਮ ਕਰਾਉਣੇ ਆ, ਉਹਨਾਂ ਨੂੰ ਇਹ ਪਤਾ ਹੈ ਕਿ ਆਪਣੇ ਪੁੱਤਰ ਨੂੰ MLA ਬਣਾਉਣ ਲਈ ਜਿਹੜਾ MP ਫੰਡ ਮਿਲਿਆ ਉਹ ਸਾਰਾ ਆਪਣੇ ਮੁੰਡੇ ਦੇ ਏਰੀਆ 'ਚ ਲਾ ਕੇ ਉਹਨੂੰ MLA ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਉਹ ਫਿਰ ਵੀ ਨਹੀਂ ਬਣਿਆ। ਜਿਹੜੀ ਗੱਲ ਕਰਦੇ ਆ ਇਹ ਆਮ ਆਦਮੀ ਪਾਰਟੀ ਵਾਲੇ ਔਰਤਾਂ ਬਾਰੇ, ਮੈਂ ਪੁੱਛਣਾ ਚਾਹੁੰਦਾ, ਹਾਲ ਤਾਂ ਤਾਜ਼ੀ ਗੱਲ ਹੈ, ਸਵਾਤੀ ਮਾਲੀਵਾਲ ਜਿਹੜੀ ਇਹਨਾਂ ਦੀ ਰਾਜ ਸਭਾ ਮੈਂਬਰ ਹੈ ਅਤੇ ਔਰਤਾਂ ਦੇ ਕਮਿਸ਼ਨ ਦੀ ਚੇਅਰਮੈਨ ਰਹੀ ਹੈ, ਉਸ ਨੂੰ ਆਪਣੇ CM ਦੇ ਘਰ 'ਚ ਕੁੱਟਿਆ ਗਿਆ, ਉਹਦੀ ਸ਼ਰਟ ਦੇ ਬਟਨ ਖੋਲੇ ਗਏ। ਦੇਖੋ ਮੇਰੇ BJP ਦੇ ਪ੍ਰਵਕਤਾ ਮੇਰੇ ਵੀਰ ਜਿਹੜੀ ਗੱਲ ਕਹਿੰਦੇ ਨੇ, ਆਮ ਆਦਮੀ ਪਾਰਟੀ ਦੇ ਖਿਲਾਫ ਇਹਨਾਂ ਨੂੰ ਕੁਝ ਮਿਲਿਆ ਨਹੀਂ, ਅੱਜ ਇਹਨਾਂ ਨੇ ਇੱਕ ਨੈਰੇਟਿਵ ਸੈੱਟ ਕੀਤਾ ਸਵਾਤੀ ਮਾਲੀਵਾਲ ਜੀ ਨੂੰ ਹੈਂਡਓਵਰ ਕਰਕੇ ਕਿ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ। ਆਮ ਆਦਮੀ ਪਾਰਟੀ ਨੇ ਜਿਹੜੀਆਂ ਵੀਡੀਓਜ਼ ਬਾਹਰ ਦਿਖਾਈਆਂ ਉਹਨਾਂ ਦੇ ਹਿਸਾਬ ਨਾਲ ਇਹ ਲੱਗਦਾ ਕਿ ਜਿਸ ਤਰ੍ਹਾਂ ਉਹ ਆਰਾਮ ਨਾਲ ਤੁਰ ਕੇ ਜਾਂਦੀਆਂ ਨੇ, ਜੇਕਰ ਸਵਾਤੀ ਮਾਲੀਵਾਲ ਜੀ ਦੇ ਉਸ ਸਮੇਂ ਕੋਈ ਸੱਟ ਪੇਟ ਲੱਗੀ ਹੁੰਦੀ ਤਾਂ ਉਹ ਨਾਲ ਦੀ ਨਾਲ ਜਾ ਕੇ FIR ਦਰਜ ਕਰਾਉਂਦੇ, 4 ਦਿਨਾਂ ਬਾਅਦ ਨਹੀਂ। ਜਵਾਬ ਲੈਂਦੇ, ਹਾਂਜੀ ਹਾਂਜੀ, ਸਵਾਤੀ ਮਾਲ ਦਾ ਜਵਾਬ, ਸਵਾਤੀ ਮਾਲ ਇਹਨਾਂ ਨੇ ਔਰਤਾਂ ਦੀ ਗੱਲ ਕੀਤੀ। ਇੱਕ ਸਾਲ ਤੋਂ ਮਨੀਪੁਰ ਜਲ ਰਿਹਾ ਵਾ, ਉੱਥੇ ਸਾਡੀਆਂ ਦੇਸ਼ ਦੀਆਂ ਧੀਆਂ ਭੈਣਾਂ ਨੂੰ ਨਿਵਸਤਰ ਕਰਕੇ ਦੌੜਾਇਆ ਗਿਆ, ਪਰ ਪ੍ਰਧਾਨ ਮੰਤਰੀ ਪੂਰੇ ਸਾਲ ਦੇ ਵਿੱਚ ਨਾ ਤਾਂ ਉਹਨਾਂ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਮਨੀਪੁਰ ਵਾਸਤੇ, ਨਾ ਇੱਕ ਦਿਨ ਲਈ ਉੱਥੇ ਮਨੀਪੁਰ ਜਾ ਕੇ ਉੱਥੇ ਦੇ ਲੋਕਾਂ ਲਈ ਸਾਰ ਲਈ। ਕਹਿੰਦੇ ਕਿ ਪਹਿਲੇ ਮਹਿਲਾ ਸਪੋਰਟਸ ਪਰਸਨ ਤੋਂ ਮਨੀਪੁਰ ਦਾ ਜ਼ਿਕਰ। ਮੈਂ ਦੱਸਦਾ ਜੀ, ਇਹ ਬੇਸ਼ਰਮੀ ਦੀ ਹੱਦ ਹੈ, ਮਨੀਪੁਰ 'ਚ ਕਾਂਗਰਸ ਦੇ ਰਾਜ 'ਚ ਤੈਨੂੰ ਪਤਾ ਨੀ ਵਸਦਾ ਨੀ ਯਾਰ, ਬੋਲੀ ਜਾਂਦੇ ਉਹ ਜਾਣ ਗੱਲ ਲੜ ਲੈਂਦੇ, ਬੋਲਦਾ ਸਿਆਣਾ ਆਪਣੇ ਮਰਜ਼ੀ ਆਪਣਾ ਟਾਈਮ ਹੋ ਗਿਆ ਬੋਲ ਲਈ, ਉਹ ਤੇਰਾ ਟਾਈਮ ਉਹ ਬੋਲ ਲਈ ਤੇ ਉੱਥੇ 70 ਸਾਲ ਯਾਰ ਇਹਨੂੰ ਪਾਸੇ ਕਰੋ ਜੀ, ਜ਼ਿਆਦਾ ਨਹੀਂ ਅਸੀਂ ਚੱਲ ਜਾਂਦੇ ਹਾਂ, ਜ਼ਿਆਦਾ ਇਹਨੂੰ ਬੰਦੇ ਨੂੰ ਬਾਹਰ ਕੱਢੋ ਜੀ, ਜਾਂ ਚੁੱਪ ਕਰੋ ਜੇ ਬਾਹਰ ਕੱਢੋ, ਸੱਤਰ ਸਾਲ ਉੱਥੇ ਕਾਂਗਰਸ ਦੀ ਸਰਕਾਰ ਰਹੀ ਆ, 70 ਯਾਰ ਉਹਨੂੰ ਚੁੱਪ ਕਰਾਓ ਪਹਿਲਾਂ, ਅਸੀਂ ਚੱਲੇ ਹਾਂ ਜੀ। ਇੱਦਾਂ ਕਰਕੇ ਦੇਖੋ ਜੀ, ਇੱਦਾਂ ਡਿਬੇਟ ਦਾ ਕੋਈ ਫਾਇਦਾ ਨਹੀਂ, ਅਸੀਂ ਜਨਤਾ ਦੀ ਗੱਲ ਕਰਨ ਆਏ ਹਾਂ, ਜਨਤਾ ਦੀ ਗੱਲ ਕਰ ਲਈਏ, ਹਾਂਜੀ ਜਨਤਾ ਦੀ ਗੱਲ ਕਰ ਰਹੇ। 70 ਸਾਲ ਕਾਂਗਰਸ ਦਾ ਰਾਜ ਰਿਹਾ ਉੱਥੇ, 3-3 ਸਾਲ ਲਗਾਤਾਰ ਮਨੀਪੁਰ ਅੱਗ 'ਚ ਸੜਦਾ ਰਿਹਾ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੀ ਸਰਕਾਰ ਬਣੀ ਹੈ, 15 ਦਿਨ 'ਚ ਉੱਥੇ ਕੰਟਰੋਲ ਕੀਤਾ ਹੈ, ਪ੍ਰਧਾਨ ਮੰਤਰੀ ਨੇ ਜਿਹੜੀ ਸੰਸਦ ਹੈ ਸੰਸਦ ਦੇ ਬਾਹਰ ਖੜ ਕੇ ਬਿਆਨ ਦਿੱਤਾ, ਇਹਨਾਂ ਦੇ ਮੋਨੀ ਸਾਹਿਬ ਜੀ ਬੋਲਦੇ ਹੀ ਨਹੀਂ ਸੀ। ਇੱਕ ਮਿੰਟ, ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਪੁੱਛੋ, ਇਹ ਕਹਿੰਦੇ 70 ਸਾਲ ਸਰਕਾਰ ਰਾਜ ਕੀਤਾ ਕਾਂਗਰਸ ਨੇ, ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਪੁੱਛੋ, ਹੁਣ ਤੱਕ 70 ਸਾਲ ਰਾਜ ਕਾਂਗਰਸ ਨੇ ਅੱਜ ਤੱਕ ਕੀਤਾ ਹੀ ਨਹੀਂ, 55 ਸਾਲ ਕੀਤਾ। ਦੂਸਰੀ ਗੱਲ, ਇੱਕ ਮਿੰਟ ਗੱਲ ਸੁਣੋ। ਦੂਜੀ ਗੱਲ ਇਹ ਕਹਿੰਦੇ ਜੀ, ਕਹਿੰਦੇ ਅਸੀਂ ਸਿੱਕਾ ਦਾ ਸਾਥ, ਅੱਜ ਸੁਮਨ ਗਿੱਲ ਨੂੰ ਗੋਲੀ ਕਿਹਨੇ ਮਾਰੀ? BJP ਸਰਕਾਰ ਨੇ ਚਲਾਈ,
ਸੰਭੂ ਬਾਰਡਰ ਜੋਨ ਜਾਬਤਾ ਦੇ ਵੀ ਸੰਭੂ ਬਾਰਡਰ ਨਹੀਂ ਬੰਦ ਹੋ ਸਕਦਾ, ਕਿਉਂ ਬੰਦ ਹੈ? ਸਾਡੇ ਪੰਜਾਬ ਦੀ ਧਰਤੀ ਤੇ ਗੋਲੀਬਾਰੀ ਚਲਾਈ ਕਿਉਂ ਚਲਾਈ? ਜਦਕਿ ਹਾਂਜੀ 84 ਦੇ ਦੰਗੇ ਭੁੱਲ ਗਏ, ਇਹ 84 ਵਾਲੇ ਦੰਗੇ ਭੁੱਲ ਗਏ, ਹੈ ਕਿਸਾਨ ਕਿਹਦੇ ਬਿਠਾਏ ਹੋਏ ਨੇ? ਇਹਨਾਂ ਦੇ ਬਿਠਾਏ ਹੋਏ ਨੇ। ਦੇਖੋ ਗੱਲ ਇਹ ਹੈ, ਇਹ ਸਿੱਖਾਂ ਦੀ ਗੱਲ ਕਰਦੇ ਨੇ, ਜਿਹੜੀ 900 ਬਿੱਲੀ ਖਾ ਕੇ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹਨਾਂ ਨੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ। ਗੱਲ ਇਹ ਜੀ, ਜਦੋਂ ਦਾ ਪੰਜਾਬ ਬਣਿਆ ਕਾਂਗਰਸ ਨੇ ਹਮੇਸ਼ਾ ਸਿੱਖਾਂ ਦਾ ਧੋਖਾ ਕੀਤਾ। ਆਜ਼ਾਦੀ ਹੁੰਦਿਆਂ ਹੀ ਇਹਨਾਂ ਨੇ ਪਹਿਲਾਂ ਨੋਟੀਫਿਕੇਸ਼ਨ ਇਹ ਜਾਰੀ ਕੀਤਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਨੂੰ ਵਾਲੇ ਤੋਂ ਅੱਗੇ ਨਾ ਵਧਣ ਦਿੱਤਾ ਜਾਵੇ। ਫਿਰ ਪੰਜਾਬੀ ਸੂਬੇ ਬਣਾਏ ਸਾਰੇ ਹਿੰਦੁਸਤਾਨ 'ਚ, ਇਹਨਾਂ ਨੇ ਪੰਜਾਬੀ ਸੂਬਾ ਬਣਾਉਣ ਤੋਂ ਇਨਕਾਰ ਕੀਤਾ। ਲੋਕ ਪੰਜਾਬ ਦੇ ਲੋਕਾਂ ਨੇ ਜੇਲ੍ਹਾਂ ਭਰੀਆਂ ਤਾਂ ਪੰਜਾਬੀ ਸੂਬਾ। ਜਵਾਬ ਆਮ ਆਦਮੀ ਪਾਰਟੀ ਕੋਲ, ਇੱਕ ਵਾਰੀ ਆਮ ਆਦਮੀ ਪਾਰਟੀ ਇਹ ਜਵਾਬ ਲੈ ਲਈ। ਹਾਂਜੀ, ਸਵਾਲ ਹੋਇਆ ਵਾ, ਅਡਵਾਨੀ ਸਾਹਿਬ ਨੇ ਮਾਈ ਨੇਸ਼ਨ ਮਾਈ ਪ੍ਰਾਈਡ ਕਿਤਾਬ ਦੇ ਵਿੱਚ ਇਹ ਲਿਖਿਆ ਹੈ ਕਿ ਅਸੀਂ ਇੰਦਰਾ ਗਾਂਧੀ ਨੂੰ ਕੰਪੈਲ ਕੀਤਾ ਉਹ ਹਮਲਾ ਕਰਨ ਵਾਸਤੇ, ਤੇ ਸੰਘ ਦਾ ਬਿਆਨ ਕੀ ਹੋਇਆ ਸੀਗਾ, ਆਇਆ ਸੀਗਾ ਜਦੋਂ ਅਟੈਕ ਹੋਇਆ, ਉਹ ਬੜਾ ਮੰਦਭਾਗਾ ਹੋਇਆ ਜੋ ਵੀ ਹੋਇਆ ਵਾ, ਅਸੀਂ ਸਾਡਾ ਬਲੰਡਰ ਆ ਕਾਂਗਰਸ ਦਾ ਮੰਨਦੇ ਆ, ਪਰ ਸੰਘ ਦਾ ਬਿਆਨ, ਇੱਕ ਮਿੰਟ ਯਾਰ, ਇੱਕ ਮਿੰਟ ਸੁਣ ਲਾ ਮੇਰੀ ਗੱਲ, ਸੁਣ ਲਾ, ਸੰਘ ਦਾ ਬਿਆਨ ਪਤਾ ਕੀ ਸੀਗਾ ਉਸ ਸਮੇਂ ਸੰਘ ਦਾ ਬਿਆਨ ਕੀ ਸੀਗਾ? ਸੰਘ ਨੇ ਕਿਹਾ ਸੀ ਦੇਰ ਨਾਲ ਲਿਆ ਹੋਇਆ ਦਰੁਸਤ ਫੈਸਲਾ। ਇਹਦਾ ਮਤਲਬ ਕੀ ਆ, ਜੇ ਅਸੀਂ ਹੁੰਦੇ ਅਸੀਂ ਇਹ ਫੈਸਲਾ ਕਦੋਂ ਦਾ ਲੈ ਚੁੱਕੇ ਹੋਣਾ ਸੀ ਅਟੈਕ ਵਾਲਾ? ਆਮ ਆਦਮੀ ਪਾਰਟੀ ਕੀ ਲੱਗਦਾ? ਹਾਂਜੀ, ਜਿਹੜਾ ਇਹ ਵਾਰ ਵਾਰ ਗੱਲ ਕਰਦੇ ਨੇ, ਇਹਨੂੰ ਕਹੇ ਮੁੱਦਿਆਂ ਤੇ ਆਓ। ਅਸਲ ਮੁੱਦਾ ਕੀ ਆ? ਮਹਿੰਗਾਈ, ਡੀਜ਼ਲ ਦੀਆਂ ਕੀਮਤਾਂ ਜਦੋਂ ਬੀਜੇਪੀ ਦੀ ਸਰਕਾਰ ਸੀ ਕਿੰਨੀ ਸੀਗੀ, ਅੱਜ ਕਿੱਥੇ ਆ? ਪੈਟਰੋਲ ਦੀਆਂ ਕੀਮਤਾਂ ਕੀ ਸੀਗੀਆਂ? 45 ਰੁਪਏ ਤੋਂ 100 ਰੁਪਏ ਪੈਟਰੋਲ ਵੇਚ ਰਿਹਾ, ਗੈਸ ਦੀਆਂ ਕੀਮਤਾਂ 300 ਦਾ ਸਿਲੰਡਰ ਤੀ 1200 ਦਾ ਵੇਚ ਰਹੇ ਨੇ, ਤੇ ਕੋਈ ਹੋਰ ਦੱਸ ਦਿਓ ਇਸ ਤੋਂ ਬਿਨਾਂ ਹੋਰ ਜਿਹੜੀ ਮੁੱਦੇ ਤੇ ਕਿਉਂ ਨਹੀਂ ਆਉਂਦੇ? ਵਾਰ ਵਾਰ ਹਿੰਦੂ ਮੁਸਲਮਾਨ ਉਹ ਦੰਗੇ ਨੇ ਕਰਾਏ, ਇਹਨਾਂ ਨੇ ਗੋਦਰਾ ਕਾਂਡ 'ਚ ਕੀ ਕੀਤਾ? ਉੱਥੇ ਗੋਦਰਾ ਗੁਜਰਾਤ 'ਚ ਸਰੇਆਮ ਮੁਸਲਮਾਨ ਦਾ ਜਵਾਬ ਲੈਂਦੇ, ਕਹਿੰਦੇ ਮਹਿੰਗਾਈ ਦਾ ਮੁੱਦਾ, ਕਿਉਂਕਿ ਹੁਣ ਮੁੱਦਿਆਂ ਦੀ ਗੱਲ ਕਰਾਂਗੇ। ਦੇਖੋ ਪਹਿਲੇ ਗੱਲ ਕਰਦੇ ਮੁੱਦਿਆਂ ਦੀ ਗੱਲ ਕਰਾਂਗੇ, ਬੈਠ ਜਾਓ, ਇਹ ਗੱਲ ਕਰਦੇ ਆ ਗੈਸ ਦੇ ਰੇਟਾਂ ਦੀ। ਗੈਸ ਦੇ ਰੇਟ ਜਦੋਂ ਇਹਨਾਂ ਨੇ ਸਰਕਾਰ ਕਾਂਗਰਸ ਨੇ ਛੱਡੀ ਹੈ ਉਦੋਂ 1100 ਤੋਂ ਉੱਪਰ ਰੇਟ ਸੀ, ਅੱਜ 825 ਰੇਟ ਹੈ। ਅੱਜ 825 ਰੇਟ ਹੈ। ਹਿੰਦੁਸਤਾਨ ਦਾ ਇੱਕ ਡਾਕਟਰ ਕੁਲਵੰਤ ਸਿੰਘ ਧਾਲੀਵਾਲ, ਜਿਹੜਾ ਕਿ ਇੱਕ ਪੰਜਾਬ ਦਾ ਬਹੁਤ ਹੀ ਸਤਿਕਾਰਿਆ ਡਾਕਟਰ ਹੈ, ਜਿਹੜਾ ਕੈਂਸਰ ਦੀ ਅਵੇਅਰਨੈਸ ਚਲਾ ਰਿਹਾ। ਇੱਕ ਗੱਲ ਸਵਾਲ ਇਹ ਆਉਂਦਾ, ਮੇਰਾ ਵੀ ਸਵਾਲ ਹੈਗਾ, ਜਦੋਂ ਚੋਣਾਂ ਨਜ਼ਦੀਕ ਆ ਗਈਆਂ, ਸਿਲੰਡਰ ਦਾ ਭਾਅ ਉਸ ਵੇਲੇ 100 ਰੁਪਏ ਸਸਤਾ ਕਿਉਂ ਕੀਤਾ? ਕਰਨ ਲੱਗਿਆ ਜਦੋਂ ਯੂਕਰੇਨ ਦੀ ਲੜਾਈ ਲੱਗੀ ਹੈ, ਸਾਰੀ ਦੁਨੀਆ 'ਚ ਗੈਸ ਦੇ ਰੇਟ ਜਿਹੜੇ ਨੇ ਉਹ 3 ਗੁਣਾ ਹੋਏ ਨੇ। ਇਹ ਇੱਕ ਹਿੰਦੁਸਤਾਨ ਹੈ ਜਿੱਥੇ ਰੇਟ ਘਟਾਏ ਗਏ ਨੇ, ਇਹ ਜਿੱਥੇ ਇੱਕ ਰੇਟ ਘਟਾਏ ਨੇ। ਮੈਂ ਉਹੀ ਕੁਲਵੰਤ ਸਿੰਘ ਧਾਲੀਵਾਲ ਦੀ ਗੱਲ ਕਰ ਰਿਹਾ ਸੀ, ਉਹਨੇ ਇਹ ਗੱਲ ਕਹੀ ਹੈ ਕਿ ਮੈਂ ਹੈਰਾਨ ਹਾਂ ਕਿ ਮੋਦੀ ਨੇ ਗੈਸ ਦੇ ਰੇਟ ਕਿਵੇਂ ਕੰਟਰੋਲ ਕੀਤੇ ਨੇ। ਜਵਾਬ ਲੈ ਲਈਏ। ਹਾਂਜੀ, ਗੈਸ ਦਾ ਰੇਟ ਕਹਿੰਦੇ ਉਸ ਵੇਲੇ ਦਾ 1100 ਸੀਗਾ। ਬਿਲਕੁਲ, ਆ ਇੰਨੇ ਬੰਦੇ ਖੜੇ ਆ, ਬਿਲਕੁਲ ਅਣਤੁਕੀਆਂ ਗੱਲਾਂ, ਕੋਈ ਫੈਕਟਸ ਨਹੀਂ ਕੋਈ ਇਹਨਾਂ ਕੋਲੇ। 450 ਰੁਪਏ ਦਾ ਸਿਲੰਡਰ ਸੀ ਉਦੋਂ, ਇਹਨਾਂ ਦੀ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਸਿਲੰਡਰ ਚੱਕ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਦੀ ਸੀਗੀ, ਤੇ ਇਹ ਹੁਣ ਗੱਲ ਕਰਦੇ, ਇਹਨਾਂ ਕੋਲ ਕੋਈ ਫੈਕਟਸ ਨਹੀਂ ਹੈਗੇ। ਇਹਨਾਂ ਨੂੰ ਪੁੱਛੋ ਜਿਹੜੇ ਸਾਡੇ ਪੰਜਾਬ ਦੇ ਸਾਡੇ ਉਹ ਕਮਰਸ਼ੀਅਲ ਸਿਲੰਡਰ ਆ ਜਿਹੜਾ ਤੁਸੀਂ ਗੱਲ ਕਰਦੇ ਹੋ 1100 ਦਾ, ਉਹ ਕਮਰਸ਼ੀਅਲ ਸਿਲੰਡਰ ਸੀਗਾ, ਤੇ ਸਾਢੇ 700 ਕਿਸਾਨ ਸਾਡੇ ਪੰਜਾਬ ਦੇ ਸ਼ਹੀਦ ਹੋਏ, ਤੇ ਇਹਨਾਂ ਦੇ ਨਰਿੰਦਰ ਮੋਦੀ ਜੀ ਨੇ ਇੱਕ ਵਾਰੀ ਵੀ ਉਹਨਾਂ ਤੋਂ ਮਾਫੀ ਨਹੀਂ ਮੰਗੀ। ਕਹਿੰਦੇ 750 ਦੇ ਕਰੀਬ ਕਿਸਾਨ, ਇੱਕ ਕਰਕੇ 750 ਰੁਪਏ ਦਾ ਕਹਿੰਦੇ 750 ਕਿਸਾਨ ਕਹਿੰਦੇ ਸ਼ਹੀਦ ਹੋ ਗਿਆ ਉਸ ਦਾ। ਚਲੋ ਸਿਲੰਡਰ ਵਾਲਾ ਦੱਸੀ ਦੱਸਦਾ, ਹਾਂ 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 ਹ
ਦਸੰਬਰ 11, 2013 1021 ਇਹ ਕਾਂਗਰਸ ਦੇ ਰੇਟ ਸੀਗੇ, ਅਸੀਂ 825 ਦੇ ਰਹੇ ਹਾਂ। ਹਾਂ, ਕੇਸ ਦੇ ਵਿੱਚ ਇੱਕ ਮਿੰਟ, ਜੋ ਇਹਨਾਂ ਰੇਟ ਦੱਸਿਆ ਕਿ ਉਸ 'ਚ ਕੋਈ ਸਬਸਿਡੀ ਸੀਗੀ? ਧੰਨਵਾਦ ਜੀ, ਜੋ ਤੁਸੀਂ ਸਾਡੇ ਸਾਹਮਣੇ ਪਹੁੰਚੇ, ਇਸ ਤਾਂ ਪਹਿਲੀ ਵਾਰ ਅੱਜ ਮੈਕ ਦੇ ਸਾਹਮਣੇ ਆ ਰਹੇ ਹਾਂ। ਐਫਸੀ ਦੇ ਗਦਾਮਾਂ ਨਾਲ ਹੀ ਆ ਜੀ, ਐਫਸੀਆਈ ਦੇ ਗਦਾਮਾਂ ਸਾਹਮਣੇ ਨਾਲ ਹੀ ਆ ਜੀ। ਸਾਹਨੇਵਾਲ ਦੇ ਓਪਰੇਟਰ, ਟਰੱਕ ਓਪਰੇਟਰ ਸਾਰੇ ਅੱਜ ਦੇਖੋ ਵਿਹਲੇ ਬੈਠੇ ਨੇ। ਘੱਟੋ ਘੱਟ 400-500 ਮਜ਼ਦੂਰ ਆ ਜੋ ਉਹ ਦੇਖੋ ਜੋ 15 ਕਿਲੋਮੀਟਰ ਦੂਰ ਤੇ ਆਉਂਦੇ, 10 ਕਿਲੋਮੀਟਰ ਦੂਰ ਤੇ ਆਉਂਦੇ ਆ, ਆਪਣੇ ਰੋਜੀ ਰੋਟੀ ਬੱਚਿਆਂ ਦੇ ਮੂੰਹ ਵਿੱਚ ਕਮਾਉਣ ਲਈ ਜਾਂਦੇ, ਅੱਜ ਵਿਹਲੇ ਹੋ ਕੇ ਜਾਂਦੇ ਆ। ਮੋਦੀ ਨੇ ਸਾਰਾ ਕੋਪਰ ਘਰਾਣਾ ਵੇਚ ਚੁੱਕਿਆ, ਗਦਾਮ ਦੇਖ ਲਓ, ਐਫ ਸੀ ਗਦਾਮ ਅੱਧਾ ਵੇਚ ਚੁੱਕਿਆ ਜੀ। ਚਲੋ ਇਹਦਾ ਜਵਾਬ ਲੈਂਦੇ ਆ, ਕਹਿੰਦੇ ਕਿ ਕਾਰਪੋਰੇਟ ਕਰ ਦਿੱਤਾ ਸਾਰਾ ਗਦਾਮ, ਮਜ਼ਦੂਰ ਵਿਹਲਾ ਬੈਠਾ। ਦੁਬਾਰਾ ਬੋਲੋ ਜਰਾ ਕੀ ਕਿਹਾ? ਕਹਿੰਦੇ ਐਫ ਸੀ ਇਹਦੇ ਜਿਹੜਾ ਗਦਾਮ ਸੀਗਾ, ਕਾਰਪੋਰੇਟ ਹੋ ਗਿਆ, ਮਜ਼ਦੂਰ ਵਿਹਲਾ ਬੈਠਾ। ਮੇਰੀ ਗੱਲ ਸੁਣ ਲਓ, ਜਿੰਨੀ ਐਫ ਸੀ ਆਈ ਸਮਾਨ ਪਹਿਲਾਂ ਜਿੰਨੀ ਫਸਲ ਐਫ ਸੀ ਆਈ ਪਹਿਲਾਂ ਚੱਕਦੀ ਸੀ, ਉਸ ਤੋਂ 15% ਫਸਲ ਐਸੀ ਵੱਧ ਚੱਕੀ ਗਈ ਹੈ। ਝੂਠ ਬੋਲਣ ਦਾ ਕੋਈ ਫਰਕ ਨਹੀਂ ਪੈਣਾ, ਅੰਕੜੇ ਦੀ ਗੱਲ ਕਰੋ, ਜਿਹੜੀ ਗੱਲ ਮੈਂ ਕਰਦਾ ਅੰਕੜੇ। ਕੀ ਉਹ ਪ੍ਰਾਈਵੇਟਾਈਜੇਸ਼ਨ ਚ ਆਏ? ਪਾਰਟੀ ਬੋਲ ਰਹੀ ਹੈ, ਜਿਹੜੀ ਕਹਿੰਦੇ ਸੀ ਅਸੀਂ 20,000 ਕਰੋੜ ਰੁਪਏ ਰੇਤੇ ਚ ਲਿਆਵਾਂਗੇ, 20,000 ਕਰੋੜ ਰੁਪਏ ਸ਼ਰਾਬ ਚ ਲਿਆਵਾਂਗੇ, ਉਹ 40,000 ਰੁਪਏ ਕੌਣ ਖਾ ਗਿਆ? ਹਾਂਜੀ, ਕਹਿੰਦੇ ਤੁਸੀਂ ਫੰਡਸ, ਕਹਿੰਦੇ ਸੀ ਕਰਪਸ਼ਨ ਤੋੜ ਕੇ ਫੰਡਸ ਆਣ ਕੇ, ਰੇਤੇ ਚੋਂ ਫੰਡਸ ਆਣ ਕੇ, ਐਕਸਾਈਜ਼ ਚੋਂ ਫੰਡਸ ਆਣ ਕੇ, ਕਿੱਥੇ ਨੇ ਉਹ? ਹਲੇ 2 ਸਾਲ ਹੋਏ ਨੇ ਸਾਨੂੰ, ਉਹਦੇ ਵਿੱਚ ਅਸੀਂ ਅੱਜ ਕਿਸਾਨਾਂ ਨੂੰ ਬਿਜਲੀ, ਆਮ ਲੋਕਾਂ ਨੂੰ ਬਿਜਲੀ, ਬਿਲਕੁਲ 90% ਲੋਕਾਂ ਨੂੰ ਬਿੱਲ ਮਾਫ ਹੋਏ ਹੋਏ ਨੇ, ਘਰ ਦਾ ਬਿਜਲੀ ਦਾ ਬਿੱਲ ਕੋਈ ਨਹੀਂ ਆਉਂਦਾ, ਕਿਸਾਨਾਂ ਨੂੰ ਲਾਈਟਾਂ ਪੂਰੀਆਂ ਮਿਲ ਰਹੀਆਂ ਨੇ, ਨੌਕਰੀਆਂ ਦੇ ਰਹੇ ਹਾਂ। ਬਾਕੀ ਰਹੀ ਗੱਲ ਇਹਨਾਂ ਦੀ, ਇਹ ਇਕਨੋਮੀ ਦੀ ਗੱਲ ਕਰਦੇ, ਇਹਨਾਂ ਨੂੰ ਪੁੱਛੋ ਡਾਲਰ ਦੀ ਕੀਮਤ ਰੁਪਈਏ ਦੀ, ਕੀ ਤਾਂ ਬੰਗਲਾਦੇਸ਼ ਨਾਲੋਂ ਵੀ ਆਪਣਾ ਦੇਸ਼ ਥੱਲੇ ਸੁੱਟਦਾ। ਕਹਿੰਦੇ ਕਿਸੇ ਨੌਕਰੀਆਂ, ਇੱਕ ਮਿੰਟ ਰੁਕ ਜਾਓ ਜੀ, ਇੱਕ ਮਿੰਟ, ਕਹਿੰਦੇ ਨੌਕਰੀਆਂ ਦਿੱਤੀਆਂ ਨੇ, ਪਰ ਤੁਸੀਂ ਕਹਿੰਦੇ ਕਿਸਾਨਾਂ ਨੂੰ ਹੱਲੇ ਵੀ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ, ਕਿਸਾਨਾਂ ਦਾ ਮਸਲਾ ਹੱਲੇ ਵੀ ਚੌਦਾ ਤਿਉਂ ਹੈ। ਗੱਲ ਇਹ ਹੈ, ਕਿਸਾਨਾਂ ਨੂੰ ਜੋ ਫੈਸਲੇ ਸੀ ਹੋ ਗਏ ਸੀ, ਕਿਸਾਨ ਕਾਨੂੰਨ ਵਾਪਸ ਹੋ ਗਏ ਸੀ, ਇਹਨਾਂ ਨੇ ਜਿਹੜੀਆਂ ਕਿਸਾਨ ਨਹੀਂ ਗਏ ਕਿ ਇਹਨਾਂ ਦੀਆਂ ਪਾਰਟੀਆਂ ਨੇ ਚੱਕ ਕੇ ਜਿਹੜੇ ਕੁਝ ਬੰਦੇ ਭੇਜੇ ਸੀ ਹੋ ਗਏ ਸੀ, ਉਹ ਵੀ ਵਾਪਸ ਆ ਰਹੇ। ਕਹਿੰਦੇ ਤੁਸੀਂ ਚੱਕ ਕੇ ਬੰਦੇ ਭੇਜੇ? ਜਿਹੜਾ ਕਿਸਾਨੀ ਮੁੱਦੇ ਤੇ ਕਹਿ ਰਹੇ ਨੇ ਇਹ, ਮੈਂ ਕਾੜਤੀਆਂ ਵਾਂ ਜੋ ਇਸ ਨਾਲ ਰਿਲੇਟਡ ਆ, ਜੋ ਸਾਰਾ ਵਰਕ ਆ ਉਹ ਜੋ ਇਹਨਾਂ ਨੇ ਕਾਨੂੰਨ ਬਣਾਏ ਸੀ ਉਸ ਅਕੋਰਡਿੰਗ ਚੱਲ ਰਿਹਾ, ਜਿਸ ਦੇ ਦਬਾਅ ਚ ਆ ਕੇ ਆੜਤੀ ਆ ਤੇ ਨਾਲ ਕਿਸਾਨ ਸਭ ਦਬ ਰਹੇ ਨੇ, ਇਹ ਸਿਰਫ ਹਰ ਪਾਸੇ ਦਬਾਉਣ ਨੂੰ ਕੋਸ਼ਿਸ਼ ਕਰ ਰਿਹਾ ਪੰਜਾਬੀ। ਜੇ ਆਪਾਂ ਬਾਰਡਰ ਤੇ ਜਾਈਏ, ਬਾਰਡਰ ਕਿਹਨੇ ਰੋਕਿਆ? ਬਦਨਾਮ ਇਹ ਕਿਸਾਨਾਂ ਨੂੰ ਕਰਦੇ, ਬਾਰਡਰ ਰੋਕਿਆ ਗਿਆ ਬੀਜੇਪੀ ਸਰਕਾਰ ਵੱਲੋਂ, ਜੇ ਲੋਕਡਾਊਨ ਚ ਰੋਕਿਆ ਗਿਆ ਸੀ ਦਿੱਲੀ, ਉਹ ਵੀ ਬੀਜੇਪੀ ਸਰਕਾਰ ਵੱਲੋਂ ਰੋਕਿਆ ਗਿਆ ਸੀ। ਸਵਾਲ ਵੀ ਲੈਣੇ, ਜਨਤਾ ਤੋਂ ਸਵਾਲ ਲੈਣੇ। ਹਾਂਜੀ, ਤੁਹਾਡਾ ਕੋਈ ਸਵਾਲ ਹੋਵੇ ਜਿਹੜਾ ਤੁਸੀਂ ਚੁੱਕਣਾ ਚਾਹੋਗੇ, ਕੋਈ ਮੁੱਦਾ ਚੁੱਕਣਾ ਚਾਹੋਗੇ? ਹਿੰਦੁਸਤਾਨ ਅਜਿਹਾ ਦੇਸ਼ ਸੀ ਜਿਹਨੇ ਸਭ ਤੋਂ ਪਹਿਲਾਂ ਕਰੋਨਾ ਵੈਕਸੀਨ ਤਿਆਰ ਕੀਤੀ, ਤੇ 70 ਦੇਸ਼ਾਂ ਨੂੰ ਕਰੋਨਾ ਵੈਕਸੀਨ ਭੇਜੀ ਗਈ, ਤੇ ਉਸੇ ਕਰਕੇ ਹਿੰਦੁਸਤਾਨ ਦਾ ਮਾਣ ਵਧਿਆ। ਪੰਜਾਬ, ਹਿੰਦੁਸਤਾਨ ਦੇ ਹਰ ਵਿਅਕਤੀ ਨੂੰ 1 ਤੋਂ ਲੈ ਕੇ 2 ਤੋਂ ਲੈ ਕੇ 3 ਤੱਕ ਡੋਜ਼ਾਂ ਫ੍ਰੀ ਲਾਈਆਂ ਗਈਆਂ, ਤੇ ਮੋਦੀ ਸਾਹਿਬ ਨੇ ਆਪਣੀ ਵਾਹਵਾ ਲੈਣ ਵਾਸਤੇ 130 ਕਰੋੜ ਭਾਰਤੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ, ਉਹ ਕਿੱਦਾਂ? ਉਹ ਜਿਹੜੀ ਕੋਵਾ ਵੈਕਸੀਨ ਜਿਹੜੀ ਇਹਨਾਂ ਦੀ ਦਵਾਈ ਸੀਗੀ, ਉਹ ਡੋਜ਼ ਸੀਗੀ ਉਹਨਾਂ ਤੋਂ, ਕੋਵਾਸ਼ੀਲਡ, ਉਹਦੇ ਤੋਂ ਇਹਨਾਂ ਨੇ ਫੰਡ ਲਿਆ, ਤੇ ਉਹਨਾਂ ਨੇ ਹੁਣ ਅਦਾਲਤ ਦੇ ਵਿੱਚ ਐਫੀਡੇਵਿਟ ਦਿੱਤਾ ਵੀ ਅਸੀਂ ਸਰਕਾਰ ਨੂੰ ਪਹਿਲਾਂ ਦੱਸਤਾ ਸੀਗਾ ਕਿ ਇਹਦੇ ਜਿਹੜੇ ਸਾਈਡ ਇਫੈਕਟ ਨੇ ਉਹ ਆਉਣਗੇ, ਉਹਦੇ ਨਾਲ ਬ੍ਰੇਨ ਸਟ੍ਰੋਕ ਵੀ ਹੋ ਸਕਦਾ, ਹਾਰਟ ਅਟੈਕ ਵੀ ਹੋ ਸਕਦਾ, ਕਾਫੀ ਚੀਜ਼ਾਂ। ਉਹ ਜਿੰਨਾ ਸਮਾਂ
ਜਿੰਨਾ ਸਮਾਂ ਤਾਂ ਉਹ ਚੀਜ਼ ਅੱਗੇ ਨਹੀਂ ਆਈ ਲੋਕਾਂ ਦੇ, ਉਹਨਾਂ ਟਾਈਮ ਤਾਂ ਸਰਟੀਫਿਕੇਟ ਦੇ ਉੱਤੇ ਮੋਦੀ ਸਾਹਿਬ ਦੀ ਫੋਟੋ ਰਹੀ। ਜਦੋਂ ਉਸ ਚੀਜ਼ ਦਾ ਮੁੱਦਾ ਪੂਰੇ ਭਾਰਤ ਦੇ ਵਿੱਚ ਹੋ ਗਿਆ, ਕਿਉਂਕਿ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਸਭ ਤੋਂ ਵੱਡਾ ਕਾਰਨ ਉਹ ਵੈਕਸੀਨ ਜੀ। ਇਹਨਾਂ ਨੂੰ ਇਹ ਪੁੱਛੋ, ਇਹਨਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਮੋਦੀ ਸਰਕਾਰ ਨੇ। ਪਹਿਲਾਂ ਇਹਨਾਂ ਨੂੰ ਦੱਸੋ, ਇੱਕ 10 ਯੂਨੀਵਰਸਿਟੀਆਂ ਦੱਸ ਦਿਓ ਪੰਜਾਬ ਨੂੰ ਕਿਹੜੀਆਂ ਦਿੱਤੀਆਂ ਨੇ। ਮੁਲਕ 'ਚ ਦੱਸ ਦਿਓ 10 ਯੂਨੀਵਰਸਿਟੀਆਂ ਪੰਜਾਬ ਨੂੰ ਕਿਹੜੀਆਂ ਦਿੱਤੀਆਂ ਨੇ। ਦੇਖੋ, ਜੇ ਸਵਾਲ ਹੀ ਮੂਰਖਪੂਣ ਹੋਵੇ, ਮੂਰਖਦਾਲਾ ਹੋਵੇ, ਉਹਦਾ ਕੀ ਜਵਾਬ ਦਈਏ? ਤੁਸੀਂ ਇਹ ਦੱਸੋ, ਪੰਜਾਬ ਦੀਆਂ ਯੂਨੀਵਰਸਿਟੀਆਂ ਖਾਲੀ ਪਈਆਂ ਨੇ, ਬੱਚੇ ਬਾਹਰੀ ਪੜ੍ਹ ਕੇ ਬਾਹਰ ਚਲੇ ਜਾਂਦੇ ਨੇ, ਯੂਨੀਵਰਸਿਟੀਆਂ ਖੋਲ੍ਹ ਕੇ ਕੀ ਕਰੋਗੇ? ਸਾਡਾ ਜੁਡੀਸ਼ੀਅਲ ਸਿਸਟਮ ਕਿੰਨੇ ਸੁਧਾਰਨ ਹੈ? ਦੇਸ਼ ਦੀ ਸੰਸਦ ਨੇ, ਕੇਂਦਰ ਦੀ ਸਰਕਾਰ ਨੇ 2014 ਚ ਜੇਕਰ ਪੈਂਡਿੰਗ ਕੇਸ ਸੀਗੇ ਉਹ 3.25 ਕਰੋੜ ਦੇ ਕਰੀਬ ਲਗਭਗ ਸੀ ਪਿਛਲੇ 10 ਸਾਲਾਂ 'ਚ। ਅੱਜ ਉਹਨਾਂ ਦੀ ਗਿਣਤੀ 5 ਕਰੋੜ ਤੋਂ ਉੱਪਰ ਜਾ ਚੁੱਕੀ ਹੈ। 340 ਪੋਸਟਾਂ ਜੱਜਾਂ ਦੀਆਂ ਖਾਲੀ ਨੇ, ਜਿਹੜੀਆਂ ਸੰਸਦ ਨੇ ਭਰਨੀਆਂ ਹੁੰਦੀਆਂ ਨੇ, ਇਹਨਾਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਇੱਕ ਲਾਸਟ ਸਰ, ਨੰਬਰ ਤਿੰਨ ਗੱਲ ਜਿਹੜੀ ਹੈ, ਸਾਡੇ 50% ਜਿਹੜਾ ਦੇਸ਼ ਦਾ ਯੂਥ ਹੈ 25 ਸਾਲਾਂ ਤੋਂ ਥੱਲੇ, ਉਹਦੀ ਗਿਣਤੀ 50% ਹੈ ਸਾਡੀ ਟੋਟਲ ਪਾਪੂਲੇਸ਼ਨ 'ਚ। ਯੂਥ ਨੂੰ ਲੈ ਕੇ ਦੇਸ਼ ਦੀ ਸਰਕਾਰ ਨੇ ਕੀ ਆਪਣੇ ਸੇਧ ਦਿੱਤੀ? ਯੂਥ ਨੂੰ ਲੈ ਕੇ ਕੀ ਸੇਧ ਹੈ? ਹਾਂਜੀ, ਤੁਹਾਡਾ ਸਵਾਲ ਹੈ ਸਰ, ਇੱਕ ਮਿੰਟ, ਪਹਿਲਾਂ ਤੁਸੀਂ ਇਹਨਾਂ ਨੂੰ ਇਹ ਸਵਾਲ ਪੁੱਛੋ, MP 5 ਸਾਲ ਵਾਸਤੇ ਰਹਿੰਦਾ, 5 ਸਾਲ ਤੋਂ ਬਾਅਦ ਰਿਟਾਇਰ ਹੁੰਦਾ, ਉਹਨੂੰ ਪੈਨਸ਼ਨ ਲੱਗਦੀ ਹੈ। MLA 5 ਸਾਲ ਰਹਿੰਦਾ, ਉਹ ਤੋਂ ਬਾਅਦ ਰਿਟਾਇਰ ਹੁੰਦਾ। ਰਾਜ ਸਭਾ 6 ਸਾਲ ਰਹਿੰਦਾ, ਉਹ ਰਿਟਾਇਰ ਹੁੰਦਾ, ਉਹਨੂੰ ਪੈਨਸ਼ਨ ਲੱਗਦੀ। ਅਗਨੀਵੀਰ 4 ਸਾਲ ਕਿਉਂ ਨੌਕਰੀ ਕਰੂਗਾ? ਅਗਨੀਵੀਰ ਦਾ ਜਵਾਬ ਪਹਿਲਾਂ ਗੱਲ ਸੁਣ ਲਓ ਜੀ, ਨਸ਼ੇ ਦੀ ਇਹਨਾਂ ਦੇ ਸੁਪਰੀਮੋ ਨੇ, ਚੁੱਪ ਕਰ ਜਾ ਯਾਰ, ਦਊਂਗਾ ਤੇਰਾ ਜਵਾਬ, ਤੂੰ ਸੋ ਪੁੱਛ ਲਈ ਸਵਾਲ। ਜਿਹੜੀ ਨਸ਼ੇ ਤੇ ਅਗਨੀ ਇਹਨਾਂ ਦੇ ਕੇਜਰੀਵਾਲ ਨੇ, ਇੱਕ ਮਿੰਟ ਦੇਖੋ ਜੀ, ਤੁਸੀਂ ਆਪਸ ਹੀ ਬਹਿਸ ਕਰਨੀ, ਸਾਡਾ ਕੋਈ ਮੰਤਵ ਨਹੀਂ, ਪਹਿਲਾਂ ਤਾਂ ਜਵਾਬ ਲੈ ਲਈ। ਇਹਨਾਂ ਦੇ ਕੇਜਰੀਵਾਲ ਨੇ ਇਹ ਗਰੰਟੀ ਦਿੱਤੀ ਸੀ 3 ਮਹੀਨੇ 'ਚ ਅਸੀਂ ਨਸ਼ਾ ਖਤਮ ਕਰ ਦਾਂਗੇ, ਤੇ ਅੱਜ ਕਿੱਡੇ ਸ਼ਰਮ ਦੀ ਗੱਲ ਹੈ। ਦੇਖੋ ਕਿੱਡੇ ਸ਼ਰਮ ਦੀ ਗੱਲ ਹੈ ਕਿ ਅੱਜ ਇਹਨਾਂ ਦਾ ਆਪਣਾ MLA ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਹਦੇ ਜਿਹੜੇ ਵੱਡੇ ਵੋਟ ਲਾ ਕੇ ਨਾਲ ਕਹਿ ਗਈ ਕਿ ਸਾਡੇ ਕੋਲ ਬਹੁਤ ਵਧੀਆ ਆਦਮੀ ਆ ਗਿਆ, ਅੱਜ ਉਹ ਵਧੀਆ ਆਦਮੀ ਕਹਿ ਰਿਹਾ ਕਿ ਰਾਘਵ ਛੱਡਾ 2 ਪੁਲਿਸ ਅਫਸਰਾਂ ਨਾਲ ਮਿਲ ਕੇ ਪੰਜਾਬ 'ਚ ਨਸ਼ਾ ਵਿਕਾ ਰਿਹਾ, ਉਹ ਕੋਲ ਕਿਉਂ ਨਹੀਂ ਐਕਸ਼ਨ ਲਿਆ ਗਿਆ? ਅਗਨੀਵੀਰ ਤੇ ਤੁਹਾਡਾ ਸਟੈਂਡ ਹੈ? ਅਗਨੀਵੀਰ ਤੇ ਜੀ, ਮੈਂ ਤਾਂ ਸਿਰਫ ਇਹ ਗੱਲ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਪਹਿਲਾਂ ਇਹ ਪੁੱਛੇ ਵੀ ਇਹ ਖੇਤੀਬਾੜੀ ਸਟੇਟ ਦਾ ਮੈਟਰ ਹੈ ਕਿ ਸੈਂਟਰ ਦਾ ਮੈਟਰ ਹੈ? ਜੇ ਇਹ ਸੈਂਟਰ ਦਾ ਮੈਟਰ ਕਹਿੰਦੇ ਨੇ ਤਾਂ ਇਹਨਾਂ ਨੂੰ ਪੁੱਛੇ ਵੀ ਫਿਰ ਇਹਨਾਂ ਦੀ ਭਗਵੰਤ ਮਾਨ ਔਰ ਇਹਨਾਂ ਦੀ ਉਹ ਮੈਡਮ ਸੀਗੀ, ਉਹ ਚੁਟਕੀਆਂ ਮਾਰ ਕੇ MSP 5 ਮਿੰਟ 'ਚ ਦਿੰਦੀ ਸੀਗੀ, ਉਹਨੂੰ ਪੁੱਛੋ ਮਿਲ ਗਈ? ਜਵਾਬ ਲੈਂਦਾ ਪਹਿਲਾਂ ਅਗਨੀਵੀਰ ਦਾ, ਤੁਸੀਂ ਜਵਾਬ ਦਿਓ, ਕਹਿੰਦੇ ਚਾਰ, ਬਾਕੀ ਸਾਰੇ ਦੀ 5-5, 6 ਸਾਲ ਟੈਨਿਓਰ, 5-4 ਸਾਲ। ਦੇਖੋ ਜਦੋਂ ਕੋਈ ਸੈਂਟਰ ਦੀ ਗੌਰਮੈਂਟ ਹੁੰਦੀ ਹੈ, ਉਹਨੇ ਇੱਕ ਪਾਲਿਸੀ ਬਣਾਉਣੀ ਹੁੰਦੀ ਹੈ, ਪਾਲਿਸੀ ਬਣਾਈ ਹੈ, ਤੁਸੀਂ ਇਹ ਦੱਸੋ 4 ਸਾਲ ਕੰਮ ਕਰਕੇ ਇੱਕ ਪੂਰੀ ਡੈਜ਼ਿਗਨੇਸ਼ਨ ਲੈ ਕੇ ਜਦੋਂ ਬੰਦਾ ਘਰੋਂ ਬਾਹਰ ਆਊਗਾ, ਉਹਨੂੰ 25 ਲੱਖ ਰੁਪਇਆ ਤੇ ਨਾਲ ਹੋਰ ਪਰਸ ਮਿਲਣ।